ਬੁੱਢੀ ਹੋ ਰਹੀ ਹੈ। ਯੂਐਨ ਦੇ ਮੁਤਾਬਕ ਪਹਿਲੀ ਵਾਰ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਆਬਾਦੀ 5 ਸਾਲ ਤੱਕ ਦੇ ਬੱਚਿਆਂ ਤੋਂ ਜ਼ਿਆਦਾ ਹੋ ਗਈ ਹੈ। ਇਸ ਅਨੁਸਾਰ ਜੇ ਅੰਦਾਜ਼ਾ ਲਾਇਆ ਜਾਵੇ ਤਾਂ 2050 ਵਿੱਚ ਬੁੱਢਿਆਂ ਦੀ ਗਿਣਤੀ ਜ਼ਿਆਦਾ ਹੋ ਜਾਵੇਗੀ। ਇੰਨਾ ਹੀ ਨਹੀਂ, 2027 ਤੱਕ ਆਬਾਦੀ ਦੇ ਮਾਮਲੇ ਵਿੱਚ ਭਾਰਤ ਚੀਨ ਨੂੰ ਪਿੱਛੇ ਛੱਡ ਦੇਵੇਗਾ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। ਹਿਸਟਰੀ ਡਾਟਾਬੇਸ ਆਫ ਦਾ ਗਲੋਬਲ ਇਨਵਾਇਰਮੈਂਟ ਰਿਪੋਰਟ ਮੁਤਾਬਕ 12,000 ਸਾਲ ਵਿੱਚ ਦੁਨੀਆ 'ਚ ਜੰਮੇ ਲੋਕਾਂ ਵਿੱਚੋਂ 49.7% ਭਾਰਤ ਅਤੇ ਚੀਨ ਵਿੱਚ ਜੰਮੇ। ਈਸਾ ਪੂਰਵ 4,440 ਤੋਂ 1760 ਈਸਵੀ ਤੱਕ ਭਾਰਤ ਦੀ ਆਬਾਦੀ ਚੀਨ ਤੋਂ ਜ਼ਿਆਦਾ ਰਹੀ। 2019 ਵਿੱਚ ਦੁਨੀਆ ਦੀ ਆਬਾਦੀ 770 ਕਰੋੜ ਹੈ, ਜਿਸ ਵਿੱਚ ਭਾਰਤ ਤੇ ਚੀਨ ਦਾ ਹਿੱਸਾ ਕ੍ਰਮਵਾਰ 19% ਅਤੇ 18% ਹੈ, ਜਾਣੀ ਕਿ 37% ਆਬਾਦੀ ਸਿਰਫ 2 ਦੇਸ਼ਾਂ ਦੀ ਹੀ ਹੈ। ਯੂਐਨ ਦੇ ਮੁਤਾਬਕ ਦੁਨੀਆ ਦੀ ਆਬਾਦੀ 2030 ਤੱਕ 850 ਕਰੋੜ ਹੋਣ ਦਾ ਅਨੁਮਾਨ ਹੈ, 2050 ਤੱਕ 970 ਕਰੋੜ ਅਤੇ 2100 ਤੱਕ 1090 ਤੱਕ ਪਹੁੰਚ ਜਾਵੇਗੀ। ਅਫਸੋਸ ਦੀ ਗੱਲ ਹੈ ਕਿ ਆਬਾਦੀ ਦਾ ਵਾਧਾ ਸਾਡੀਆਂ ਰਾਜਸੀ ਪਾਰਟੀਆਂ ਦੇ ਕਿਸੇ ਵੀ ਏਜੰਡੇ ਦਾ ਹਿੱਸਾ ਨਹੀਂ ਰਿਹਾ। ਸਾਡੇ ਦੇਸ਼ ਦੀ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਖਾਸ ਕਾਨੂੰਨ ਪਾਸ ਕਰਨ ਦੀ ਲੋੜ ਹੈ, ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼ਾਸਨ ਕਰਦੀਆਂ ਸਰਕਾਰਾਂ ਇਸ ਲਈ ਸੁਹਿਰਦ ਹੋਣ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।